ਸਾਡੇ ਕੋਲ ਮਤਲਬ ਇੱਥੇ ਵਾਰਡ ਦੇ ਬਾਥਰੂਮ ਵਿੱਚ ਇੱਕ ਬੰਦਾ ਜਿਹੜਾ ਉਹ ਮਤਲਬ ਮਰੀ ਹੋਈ ਹਾਲਤ ਵਿੱਚ ਸਾਨੂੰ ਲੱਭਾ ਵਾ, ਅਤੇ ਉਹ ਅਸੀਂ ਇੱਥੇ ਜਦੋਂ ਲੈ ਕੇ ਆਏ ਹਾਂ ਅਤੇ ਉਹ ਵੇਖਿਆ ਸੀ ਉਹ ਡਿਕਲੇਅਰ ਮਤਲਬ ਡੈਡ ਸੀ ਉਹ ਬੰਦਾ। ਹਾਂਜੀ, ਕੀ ਉਹਦੀ ਪਛਾਣ ਹੋਈ? ਪਛਾਣ ਜੀ ਪਛਾਣ ਨਹੀਂ ਹੋਈ ਕੋਈ, ਨਾ ਉਹਦੇ ਕੋਈ ਮਤਲਬ ਡਾਕੂਮੈਂਟ ਵਗੈਰਾ ਵੀ ਨਹੀਂ ਹੈਗਾ ਉਹਦੇ ਕੋਲ, ਅਤੇ ਉਹਦੀ ਅਨਨੋਨ ਹੀ ਹੈ ਜੀ ਉਹ ਅਨਨੋਨ ਪੇਸ਼ੈਂਟ। ਕੀ ਲੱਗਦਾ ਕੀ ਹੋਇਆ ਹੋ ਸਕਦਾ? ਪਤਾ ਨਹੀਂ ਜੀ, ਉਹ ਬਾਥਰੂਮ 'ਚ ਹੀ ਲੱਭਾ ਜੇ ਇੱਦਾਂ, ਪਤਾ ਨਹੀਂ ਕੀ ਹੋਇਆ ਹੋ ਸਕਦਾ, ਨਾ ਕੋਈ ਪੇਸ਼ੈਂਟ ਦੇ ਨਾਲ ਆ ਉਹ, ਮਤਲਬ ਉਹਦੀ ਪਛਾਣ ਵੀ ਨਹੀਂ ਹੋਈ। ਦੱਸਿਆ ਜਾ ਰਿਹਾ ਕਿ ਉਹਦੇ ਲਾਗੋ ਸਰਿੰਜਾਂ ਅਤੇ ਇੰਜੈਕਸ਼ਨ ਲਾਇਆ ਤਾ ਜਿਹੜਾ? ਹਾਂਜੀ, ਸਰਿੰਜ ਦਾ ਕੋਈ ਕਵਰ ਜਿਹਾ ਲੱਭਾ ਸੀ ਉਹਦੇ ਲਾਗੋ ਬਾਥਰੂਮ 'ਚ ਜਦੋਂ ਫੜਿਆ। ਲੱਗਦਾ ਕਿ ਓਵਰਡੋਜ਼ ਹੋ ਸਕਦੀ? ਕਹਿ ਨਹੀਂ ਸਕਦੇ ਜੀ ਕੁਛ, ਨਸ਼ੇ ਦੀ ਹਾਲਤ ਨਹੀਂ, ਉਹ ਤਾਂ ਬਰੋਡਡ ਸੀ ਤੁਹਾਡੇ। ਜੇ ਇਸ ਹਾਲਾਤ 'ਚ ਬੰਦਾ ਲੱਗਿਆ ਆਕੜਿਆ ਦਾ ਪਿਆ ਤਾਂ ਸਕੂਲ ਹੁਣ ਕੀ ਕੀਤਾ ਗਿਆ? ਉਹਦੀ ਮੋਰਚਰੀ ਵਿੱਚ ਅਸੀਂ ਜੀ ਡੈੱਡ ਬੋਡੀ ਰਖਾਤੀ ਹੈ, ਉਹ ਪੋਸਟਮਾਰਟਮ ਤੋਂ ਬਾਅਦ ਹੀ ਕਹਿ ਸਕਦੇ ਹਾਂ ਕੀ ਉਹਦਾ ਰੀਜ਼ਨ ਹੋਊਗਾ। ਕਿੰਨੀਆਂ ਸਰਿੰਜਾਂ ਰਿਕਵਰ ਮਿਲੇ ਉਹਦੇ ਲਾਗੋ? ਇੱਕ ਸਰਿੰਜ ਦਾ ਕਵਰ ਹੀ ਲੱਭਾ ਜੀ ਉਹਦੇ ਲਾਗੋ। ਹਾਂਜੀ, ਰੈਪ ਜਿਹੜਾ ਹੁੰਦਾ ਵਾ, ਹਾਂਜੀ ਉਹ ਵੀ ਲੱਭਾ। ਕੋਈ ਨੀਡਲ ਜਾਂ ਸਰਿੰਜ ਨਹੀਂ, ਹੋਰ ਨਹੀਂ ਕੋਈ ਮਿਲਿਆ। ਅਤੇ ਹੋਰ ਕੀ ਮਿਲਿਆ? ਹੋਰ ਇੱਕ ਮੋਟਰਸਾਈਕਲ ਦੀ ਕੀ ਲੱਭੀ, ਉਹਦੇ ਕੋਲ ਚਾਬੀ ਲੱਭੀ ਹੈ, ਇੱਕ ਮੋਬਾਈਲ ਫੋਨ ਲੱਭਾ ਵਾ ਜਿਹੜਾ ਕਿ ਮਤਲਬ ਔਨ ਨਹੀਂ ਹੋ ਰਿਹਾ। ਜੇ ਉਹ ਕਿਹਾ ਜਾਵੇ ਕੀ ਲੱਗਦਾ ਕਿ ਉਹ ਕਿਸੇ ਦੇ ਨਾਲ ਆਇਆ ਸੀ ਜਾਂ ਉਹਦੇ ਹਾਲਾਤ? ਐਕਚੁਲੀ ਅਸੀਂ ਵਾਰਡ ਵਿੱਚ ਜਾ ਕੇ ਇਹੀ ਇਨਕੁਆਇਰੀ ਕੀਤੀ ਆ, ਨਾ ਤਾਂ ਉਹ ਪੇਸ਼ੈਂਟ ਸੀ ਕੋਈ, ਐਂਡ ਨਾ ਉਹ ਕਿਸੇ ਪੇਸ਼ੈਂਟ ਦੇ ਨਾਲ ਐਜ਼ ਏ ਅਟੈਂਡੈਂਟ ਆਇਆ ਸੀ। ਲੇਡੀਜ਼ ਬਾਥਰੂਮ ਸੀ ਕਿ ਜੈਂਟਸ ਬਾਥਰੂਮ? ਜੈਂਟਸ ਬਾਥਰੂਮ ਵਿੱਚ ਸੀ।